ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਪਾਠ ਪੜਿਓ ਆਰਤੀ ਦਸ ਵਿਚਾਰਿਓ ਨਿਵਲ ਪ੍ਰੰਗਮ ਸਾਦੇ ਪੰਜ ਜਨਾ ਤੋਂ ਸੰਗ ਰਚਕਿਓ ਅਦਤ ਆਮਤ ਵਾਦੇ ਪਿਆਰੇ ਇਨ ਬਿਤ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਰ ਕਰਿਓ ਸਵਾਮੀ ਕੈ ਜਵਾਰ ਕੀਏ ਗੁਰਦਵ ਤੀਰਥ ਸਭ ਧਰਤੀ ਪਰਮੇ ਮਨ ਕਾਮਨਾ ਤੀਰਦਾਇ ਵਸਿਓ ਸਿਰ ਕਰਵਤ ਤਾਰਾ ਮਨ ਕੀ ਮੈਲ ਨੰਤਰ ਲਗਨ ਕਣਕ ਕਾਮਨੀ ਅਨ ਵਸਤਰ ਘੁੰਮ ਵਾਰ ਪੂਜਾ ਬੰਧਨ ਦੰਡੋਤ ਖਤ ਕਰ ਮਾਰਤ ਰਹਿ ਕਰ ਬੰਧਨ ਮੈਂ ਪਰਿਆ ਜੋ ਸਿੱਧ ਆਸਣ ਦਾ ਰਾਸੀ ਦੇਵੀ
ਕਰ ਕਰ ਬੜੀ ਆਰਜ਼ਾ ਫਿਰ ਫਿਰ ਜਨਮ ਹਰ ਸਿਉਂ ਸੰਗ ਲਗੇ ਸੋਹਣੀ ਚੰਦਨ ਵਾਹਿਗੁਰੂ 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 ਵਾਹਿਗੁਰੂ
ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਸਮੂਹ ਨਗਰ ਨਿਵਾਸੀ ਪੈਂਤਪੁਰ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਸਰਬੱਤ ਮਾਈ ਭਾਈ ਸਮੂਹ ਸੰਗਤ ਇਕੱਠੀ ਹੋ ਕੇ ਹਰ ਸਾਲ ਦੀ ਤਰ੍ਹਾਂ ਮਹਾਨ ਜੱਗ ਦੇ ਵਿੱਚ ਆਪਣਾ ਤਨ ਮਨ ਧੰਨ ਕਰਕੇ ਸਹਿਯੋਗ ਦੇ ਰਹੇ ਹੋ। ਜਿਵੇਂ ਸੁਣਿਆ ਹੈ ਕਿ ਪਵਿੱਤਰ ਰੂਹ ਪਰਮ ਪੂਜੇ ਸਤਿਕਾਰਯੋਗ ਜੀ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਦੇ ਬਾਨੀ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਮਹਾਂਪੁਰਸ਼ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਹਰ ਸਾਲ ਇੱਥੇ ਅਖੰਡ ਪਾਠ ਆਰੰਭ ਹੁੰਦੇ ਹਨ। ਪਹਿਲਾਂ ਭਾਈ ਹਰਕ੍ਰਿਸ਼ਨ ਸਿੰਘ ਜੀ, ਬੀਬੀ ਪਰਮਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ, ਫਿਰ ਉਤਸ਼ਾਹ ਵਧਿਆ। ਸਮੂਹ ਨਗਰ ਨੇ ਫੈਸਲਾ ਲਿਆ ਕਿ ਸਾਰੇ ਹੀ ਇਕੱਠੇ ਹੋ ਕੇ ਐਸੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਇਹ ਉਪਰਾਲਾ ਅਖੰਡ ਪਾਠ ਸਾਹਿਬਾਨ ਕਰਵਾਉਣ। ਸੋ ਅੱਜ ਪਰ ਆਰੰਭਤਾ ਹੋਈ ਹੈ ਅਤੇ ਇਹ ਆਰੰਭਤਾ ਦੇ ਨਾਲ ਜਿਹੜੇ 5 ਦਿਨ ਦੇ ਸਤਸੰਗ ਹਨ ਉਹ ਵੀ ਅੱਜ ਤੋਂ ਸ਼ੁਰੂ ਹੋ ਰਹੇ ਨੇ ਅਤੇ ਥੋੜ੍ਹਾ ਜਿਹਾ ਸਮਾਂ ਬਾਕੀ ਹੈ, ਤਕਰੀਬਨ 42 ਮਿੰਟ 2 ਘੜੀਆਂ ਦਾ ਇਹ ਸਤਸੰਗ। ਭਾਗਾਂ ਵਾਲਿਆਂ ਨੂੰ ਇਹ ਪ੍ਰਾਪਤ ਹੋਇਆ ਹੈ ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਚੇ ਜੀਉ। ਜਿਨ੍ਹਾਂ ਦੇ ਭਾਗ ਬਣ ਗਏ ਉਹ ਦੂਰ ਤੋਂ ਵੀ ਚੱਲ ਕੇ ਆ ਗਏ, ਜੇ ਨਹੀਂ ਕਰਮ ਫਲ ਦੇਣ ਵਾਸਤੇ ਤਿਆਰ ਹੋਏ ਉਹ ਨੇੜੇ ਤੋਂ ਵੀ ਨਹੀਂ ਆ ਸਕਦੇ। ਸੋ ਕਿਰਪਾ ਹੁੰਦੀ ਹੈ, ਅਸੀਂ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ, ਭਾਵੇਂ ਕਿ ਬਹੁਤ ਦੂਰ 7 ਸਮੁੰਦਰਾਂ ਪਾਰ ਅਮਰੀਕਾ ਦੀ ਪ੍ਰਚਾਰ ਫੇਰੀ ਚੱਲ ਰਹੀ ਸੀ, ਪਰ ਸਤਿਗੁਰ ਨੇ ਕਿਰਪਾ ਕੀਤੀ ਹੈ ਮਾਘ ਮਹੀਨੇ ਦੇ ਵਿੱਚ ਇਸ ਮਾਤ ਭੂਮੀ 'ਤੇ ਸਾਨੂੰ ਵੀ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ ਕਿਉਂਕਿ ਜੋ ਵੀ ਸਤਸੰਗ 'ਚ ਆ ਗਿਆ ਉਹ ਚੰਗੇ ਭਾਗਾਂ ਵਾਲਾ ਹੈ, ਬਿਨਾਂ ਭਾਗਾਂ ਤੋਂ ਇਹ ਸਤਸੰਗ ਨਹੀਂ ਮਿਲ ਸਕਦੀ। ਕਸੰਗ ਤਾਂ ਮਿਲ ਜਾਂਦੀ ਹੈ, ਕਸੰਗ ਤਾਂ ਲੱਭਣ ਜਾਣ ਦੀ ਲੋੜ ਵੀ ਨਹੀਂ ਪੈਂਦੀ। ਮੀਡੀਏ ਦਾ ਯੁੱਗ ਹੈ, ਇਲੈਕਟ੍ਰੋਨਿਕ ਮੀਡੀਆ ਹਰ ਜਗ੍ਹਾ ਦੇ ਉੱਤੇ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਇਹਦੇ ਰਾਹੀਂ ਦੋਵੇਂ ਪੱਖ ਹੁੰਦੇ ਨੇ। ਜ਼ਿੰਦਗੀ ਦੇ ਵਿੱਚ ਸਤਸੰਗ ਕਰ ਲਓ, ਕਸੰਗ ਕਰ ਲਓ,
ਪਰ ਜਿਹੜਾ ਸਤ ਸੰਗਤ ਹੈ ਉਹ ਉਤਾਰ ਦਿੰਦਾ ਹੈ, ਤੇ ਜਿਹੜਾ ਕਸੰਗ ਹੈ ਉਹ ਡੋਬ ਦਿੰਦਾ ਹੈ। ਕਲਯੁਗ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚ ਬਾਕੀ ਕਰਮ ਹਨ, ਕੋਈ ਇਹ ਨਹੀਂ ਕਿ ਇਹ ਨਹੀਂ ਕਰਨੇ, ਪਰ ਉਹਨਾਂ ਦਾ ਫਲ ਇੰਨਾ ਨਹੀਂ ਜਿੰਨਾ ਸਤਸੰਗ ਦਾ ਹੈ। ਪਾਤਸ਼ਾਹ ਜੀ ਨੇ ਆਪਣਾ ਨਿੱਜ ਅਨੁਭਵ ਧੁਰ ਦਰਗਾਹੀ ਇਲਾਹੀ ਬਖਸ਼ੀ ਬਾਣੀ ਦੇ ਰਾਹੀਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਦੇ ਨਾਲ ਪ੍ਰਗਟ ਕਰ ਰਹੇ ਹਨ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹਾਂ ਬੁੱਧ ਵਾਦੇ। ਕਿ ਕਿਵੇਂ ਪਾਠ ਪੜ੍ਹਦਿਆਂ ਪਹਿਲੇ ਸਮੇਂ ਸਨ, ਲੰਬੀਆਂ ਉਮਰਾਂ ਸਨ, ਦਿਲ ਤਾਕਤਵਰ ਸਨ, ਐਸੇ ਸਾਧਨ ਕੀਤੇ ਜਾਂਦੇ ਸਨ ਕਿ ਵਿਆਕਰਨ ਸਹਿਤ ਵੇਦ ਪੜ੍ਹੇ, ਮੁੱਖ ਟੀਕਾ ਸਹਿਤ ਪੜ੍ਹਦਿਆਂ ਪੜ੍ਹਦਿਆਂ ਸਾਰੀਆਂ ਉਮਰਾਂ ਲੰਘ ਜਾਂਦੀਆਂ। ਗ੍ਰਾਮੀਕਲੀ ਪੜ੍ਹਨਾ, ਵਿਆਕਰਨ ਪੜ੍ਹਨੀ, ਸੰਸਕ੍ਰਿਤ ਪੜ੍ਹਨੀ ਬੜੇ ਔਖੇ ਸਨ, ਤੇ ਫਿਰ ਦੂਜੇ ਕਰਮ ਜਿਹੜੇ ਨਿਵਲੀ ਕਰਮ ਪਿਅੰਗਮ ਕਾਠੀ ਰੇਚ ਕਪੂਰ ਕੁੰਭ ਕਰ, ਐਸੇ ਕਰਮ ਜਿਹੜੇ ਸਵੇਰੇ ਸਵੇਰੇ ਹੁੰਦੇ ਨੇ, ਪੇਟ ਖਾਲੀ ਹੈ, ਪੇਟ ਤੇ ਕੋਈ ਭਾਰ ਨਹੀਂ, ਮੋਢਿਆਂ ਨੂੰ ਜਿਵੇਂ ਨਿਵਲੀ ਕਰਮ ਹੁੰਦਾ ਹੈ ਹਿਲਾਉਣਾ, ਪਾਣੀ ਪੀ ਕੇ ਫਿਰ ਇਸ ਤਰ੍ਹਾਂ ਦੇ ਨਾਲ ਅੰਦਰ ਦੀ ਸਫਾਈ ਕਰਨੀ, ਇਸ ਤਰ੍ਹਾਂ ਦੇ ਨਾਲ ਇਹ ਕਰਦੇ, ਪਰ ਇੱਥੇ ਹੀ ਰੁਕ ਜਾਂਦੇ, ਇੱਥੇ ਰੁਕਣਾ ਨਹੀਂ। ਕਿਉਂਕਿ ਜੇ ਇੱਥੇ ਰੁਕ ਗਏ ਕਿ ਮੈਂ ਬਹੁਤ ਕੁਝ ਕਰ ਲਿਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਗੱਲ ਤਾਂ ਬਣੀ ਨਹੀਂ, ਇੰਨੀ ਸਾਧਨਾ ਕੀਤੀ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹਾਂ ਬੁੱਧ ਵਾਦੇ। ਉਹੀ ਪੰਜ ਫੇਰ ਰਹੇ, ਕਿਤੇ ਵੀ ਚਲੇ ਗਏ, ਦੇਸ ਛਾੜ ਪਰਦੇਸ ਸਦਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਇਹ ਸਾਰੇ ਸਾਥ ਛੱਡਦੇ ਨਹੀਂ ਖੇੜਾ, ਕਿਤੇ ਕਿਤੇ ਵੀ ਘੁੰਮ ਲਓ, ਮੌਨ ਪਿਓ, ਕਰਪਾਤੀ ਰਹੋ। ਇਹ ਸਾਰੇ ਸਾਧਨ ਅੱਗੇ ਦੱਸੇ ਨੇ ਪਾਤਸ਼ਾਹ, ਕਹਿੰਦੇ ਪਿਆਰਿਓ ਪਿਆਰੇ ਇਨ ਵਿਧ ਮਿਲਣ ਨਾ ਜਾਈ। ਇਹ ਵਿਧੀ ਨਹੀਂ, ਇਹ ਜੁਗਤੀ ਨਹੀਂ ਉਸ ਦੀ ਮਿਲਣ ਦੀ। ਮੈਂ ਕੀਏ ਕਰਮ ਅਨੇਕਾ, ਕਿੰਨੇ ਕਰਮ ਕਰਕੇ ਦੇਖ ਕੀ ਹੈ। ਅਸਲ ਦੇ ਵਿੱਚ ਆ ਇਸ ਨੂੰ ਇੰਪੋਰਟੈਂਸ ਦਿੱਤੀ ਹੈ, ਮਹੱਤਤਾ ਦਿੱਤੀ ਹੈ ਜੋ ਤੁਸੀਂ ਕਰ ਰਹੇ ਹੋ। ਸਤਸੰਗ ਜੀ ਦੋ ਘੜੀਆਂ, ਸਤਸੰਗ ਦੋ ਘੜੀਆਂ,
ਸਮੇਂ ਦੀ ਘੜੀ ਹੈ ਕਿਉਂਕਿ ਸਾਰਿਆਂ ਕੋਲ ਘੜੀਆਂ ਹਨ, ਮਿੰਟ ਸਕਿੰਟ ਘੰਟੇ ਹਨ। ਘੜੀ 24.5 ਮਿੰਟ ਦੀ ਹੁੰਦੀ ਤੇ ਇਸ ਤੋਂ ਵੀ ਅੱਧੀ 12.25 ਮਿੰਟ ਦੀ, ਉਸ ਤੋਂ ਵੀ ਅੱਧੀ, ਉਸ ਤੋਂ ਵੀ ਅੱਧੀ, ਇੱਥੋਂ ਤੱਕ ਕਿ ਇੱਕ ਚਿੱਤ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਆ। ਛਿੰਨ ਕਿੰਨਾ ਕੇ ਅੱਖ ਝਮਕਣ ਦਾ ਜਿੰਨਾ ਸਮਾਂ ਕਿ ਨਿਮਖ ਏਕ ਹਰ ਨਾਮ ਦੇ ਥੋੜਾ ਜਿਹਾ ਵੀ ਚਲਕਾਰਾ ਵੱਜ ਗਿਆ ਕਿੰਨਾ ਹੁੰਦਾ, ਮੇਰਾ ਮਨ ਤਨ ਸੀਤਲ ਹੋਏ, ਸ਼ਾਂਤੀ ਵਰਤ ਜਾਂਦੀ ਹੈ, ਬਾਕੀ ਕਿਤੇ ਸ਼ਾਂਤੀ ਨਹੀਂ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਕਰਿਓ ਸਵਾਮੀ ਕੈ ਦੁਆਰੇ, ਤੀਜੈ ਬੁੱਧ ਵਿਵੇਕਾ। ਕਿਉਂਕਿ ਜਿਹੜੀ ਵਿਵੇਕ ਬੁੱਧ ਹੈ, ਇੱਕ ਤਾਂ ਬੁੱਧ ਹੈ ਮਨ ਨੂੰ ਪ੍ਰੇਰ ਦਿੰਦੀ ਹੈ ਕਿ ਮਨਾ ਅਜੇ 5 ਦਿਨ ਹਨ, ਅੱਜ ਤਾਂ ਪਹਿਲਾ ਦਿਨ ਹੀ ਹੈ ਸਤਸੰਗ ਦਾ, ਕਰ ਲਵਾਂਗੇ। ਧੰਦੇ ਧੰਦਾਰਾਂ ਦੇ ਵਿੱਚ ਸਮਾਂ ਲੰਘ ਗਿਆ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੈ ਤਨ ਛੀਜੈ ਕਾਲ ਅਹੇਰੀ, ਫਿਰੇ ਬਦਕ ਜਿਉਂ ਕਵਨ ਵਿਧ ਕੀਜੈ। ਵਿਧੀ ਦੀ ਲੋੜ ਪੈਂਦੀ ਹੈ, ਦਿਨ ਤੋਂ ਪਹਿਰ, ਪਹਿਰ ਤੋਂ ਘੜੀਆਂ ਸਮਾਂ ਉਡੀਕਦਾ ਹੈ। ਆ ਸਾਡੇ ਦੇਖਦੀ ਦੇਖਦੇ ਕਿੰਨਾ ਇੱਥੇ ਹੁੰਦਾ, ਅਸੀਂ ਆਉਣਾ ਛੋਟੇ ਛੋਟੇ ਹੋਣਾ, ਸਾਡੇ ਇੱਥੇ ਬਾਬਾ ਜੀ ਹੌਲਦਾਰ ਰਾਲਾ ਸਿੰਘ ਜੀ
ਬੜੇ ਪਿਆਰ ਨਾਲ ਬੱਚਿਆਂ ਨੂੰ ਪ੍ਰੇਰਦੇ। ਉਹਨਾਂ ਤੋਂ ਪਹਿਲਾਂ ਗੁਰਦੁਆਰੇ ਦੀ ਕਾਰ ਸੇਵਾ ਗਿਆਨੀ ਪੂਰਨ ਸਿੰਘ ਜੀ ਨੇ ਕਰਵਾਈ। ਬਜ਼ੁਰਗਾਂ ਦੀਆਂ ਅੱਜ ਯਾਦਾਂ ਰਹਿ ਗਈਆਂ। ਸਮਾਂ ਨੈਣੋ ਦੇਖਦੀ ਹੀ ਜਗ ਜਾਏ ਕਿ ਅਸੀਂ ਬੈਠੇ ਰਹਿਣਾ ਹੈ। ਇਹ ਤਾਂ ਸਮਾਂ ਲੰਘਦਾ ਜਾ ਰਿਹਾ ਹੈ। ਆਹ ਥੋੜ੍ਹੀ ਜਿਹੀ ਜ਼ਿੰਦਗੀ ਦੇ ਪਲ, ਇਹ ਘੜੀਆਂ, ਇਹ ਸਤਸੰਗ 'ਚ ਲੱਗ ਗਈਆਂ, ਕਿੰਨਾ ਇਹਦਾ ਲਾਭ ਹੈ। ਪਰ ਇਸ ਲਾਭ ਨੂੰ ਲੈਣ ਵਾਸਤੇ ਅਸੀਂ ਢਿੱਲੇ ਹਾਂ। ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਵੇਗਤਾ, ਦੌੜ ਕੇ ਜਾਂਦੇ ਹਾਂ। ਚੰਗਿਆਈ ਆਲਕ ਕਰੇ, ਬਰਿਆਈ ਹੋਏ ਨਾਨਕ ਅੱਜ ਕੱਲ ਆਪਸੀ ਗਾਫਲ। ਪੈਰ 'ਚ ਤਾਂ ਫਾਹੀ ਪੈ ਜਾਂਦੀ ਜਿਵੇਂ ਕਾਲ ਦੀ, ਇਸ ਤਰ੍ਹਾਂ ਦੇ ਨਾਲ ਹੋ ਜਾਂਦਾ, ਸਮਾਂ ਲੰਘ ਜਾਂਦਾ ਹੈ। ਦੀਜੇ ਬੁੱਧ ਵਿਵੇਕਾ, ਬੁੱਧ ਨੇ ਮਨ ਨੂੰ ਪ੍ਰੇਰਨਾ ਹੈ। ਮਨ ਦਾ ਸਾਰਾ ਕੰਮ ਹੈ ਮੰਮਾ, ਮਨ ਸੁਕਾਜ ਹੈ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਨੂੰ ਹੀ ਸਾਰਾ ਕੁਝ ਸੰਬੋਧਨ ਹੁੰਦਾ ਹੈ, ਮਨ ਹੀ ਪ੍ਰੇਰਨਾ ਹੈ। ਜੇ ਬੁੱਧੀ ਮਨ ਨੂੰ ਪ੍ਰੇਰਦੀ ਹੈ, ਮਾੜੀ ਬੁੱਧੀ ਤੋੜ ਦਿੰਦੀ ਕਸੰਗ ਵੱਲ ਨੂੰ। ਵਿਵੇਕ ਬੁੱਧ ਸਤਸੰਗ ਵੱਲ ਨੂੰ ਲੈ ਕੇ ਆਓ। ਇਸ ਕਰਕੇ ਦੁਆਰੇ ਤੇ ਆ ਕੇ ਇਹ ਸੋਝੀ ਮਿਲਦੀ ਹੈ। ਤੀਜੇ ਬੁੱਧ ਵਿਵੇਕਾ, ਹੋਰ ਸਾਧਨ ਵੀ ਕਰਦੇ, ਮੌਨ ਪਿਓ, ਮੌਨੀ ਰਹਿਣਾ, ਬਾਹਰ ਬੈਠਾ ਹੋਏ ਮੌਨੀ, ਅੰਦਰ ਕਲਪ ਭਵਾਈਏ ਜੋਨੀ, ਕਲਪਣਾ ਲੱਗੀ ਰਹਿੰਦੀ। ਬਾਹਰ ਤਾਂ ਬੈਠਾ ਰਹਿੰਦਾ ਮੌਨੀ ਹੋ ਕੇ, ਲੱਗਦਾ ਕਿ ਮੌਨ ਧਾਰਨ ਕਰ ਲਿਆ। ਅਸੀਂ ਐਸੇ ਵੀ ਵੇਖੇ ਮਹਾਤਮਾ, ਇੱਕ ਬਦਰੀਨਾਥ ਪਰਫਾਨੀ ਬਾਬਾ ਇੱਥੇ ਆਉਂਦੇ ਰਹੇ, ਬੜੀ ਲੰਬੀ ਉਮਰ, ਮੋਤੀ ਲਾਲ ਨਾਲ ਲਾਲ ਜਿਹੜਾ ਸੀ ਨਹਿਰੂ, ਜਵਾਹਰ ਲਾਲ ਨਹਿਰੂ ਦਾ ਪਿਤਾ, ਉਹਦੇ ਕਲਾਸ ਫੈਲੋ 160 ਸਾਲ ਤੋਂ ਉਦੋਂ ਜਦੋਂ ਆਉਂਦੇ ਸਨ, 154 ਸਾਲ ਉਮਰ ਸੀ। ਹੁਣ ਤਾਂ ਤਕਰੀਬਨ 170 ਸਾਲ ਦੇ ਨੇੜੇ ਪਹੁੰਚਣ ਵਾਲੀ ਹੈ। ਇੰਨੀ ਲੰਬੀ ਉਮਰ, ਉਹਦਾ ਇੱਕ ਚੇਲਾ ਨੇ 20 ਸਾਲ ਵਾਸਤੇ ਮੌਨ ਵਰਤ ਰੱਖ ਲਿਆ, ਪਰ ਉਹ ਲਿਖ ਲਿਖ ਕੇ ਹੀ ਦੇਈ ਜਾਵੇ। ਕਲਪਣਾ ਇੰਨੀ ਲੱਗੀ ਹੋਈ ਕਿ ਮੈਂ ਏਡਾ ਵੱਡਾ ਆਸ਼ਰਮ ਬਣਾਉਣਾ, ਇੰਨਾ ਜੱਗ ਕਰਨਾ, ਇੰਨਾ ਪੈਸਾ ਦਿਓ, ਕਲਪਣਾ ਨਹੀਂ ਮਿਟਦੀ। ਬੜਾ ਔਖਾ ਮੌਨ ਪਿਓ, ਕਰਪਾਤੀ ਰਹੋ, ਕਰਪਾਤੀ ਹੱਥਾਂ ਤੇ ਹੀ ਲੈ ਕੇ ਛਕਣਾ, ਫਿਰ ਨਗਨ ਫਿਰਿਓ ਬਨ ਮਾਹੀ, ਨੰਗੇ ਰਹਿਣਾ, ਬਾਹਰ ਤੁਰੇ ਫਿਰਨਾ। ਇਹਨੂੰ ਪਾਤਸ਼ਾਹ ਜੀ ਨੇ ਇੰਪੋਰਟੈਂਸ ਨਹੀਂ ਦਿੱਤੀ, ਕੋਈ ਮਹੱਤਤਾ ਨਹੀਂ ਦਿੱਤੀ, ਇਹਦੀ ਕੋਈ ਵਿਸ਼ੇਸ਼ਤਾ ਹੀ ਨਹੀਂ। ਪੱਗ ਉੱਪੇ ਤਾਣਾ, ਪੈਰਾਂ 'ਚ ਜੁੱਤੀ ਨਾ ਪਾਉਣਾ, ਕੰਡੇ ਲੱਗਣਗੇ, ਆਪਣਾ ਕੀਆ ਕਮਾਉਣਾ ਹੈ, ਕੋਈ ਕੀ ਇਹਦੇ 'ਚ ਮਹੱਤਤਾ ਹੈ। ਅਲ ਮਲ ਖਾਈ, ਸਿਰ ਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਵਹਿਣ ਨਾ ਵੇ ਕਿਸ ਥਾਏ ਨਾ ਪਾਈ, ਰਹਿ ਬਵਾਣੀ ਬੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ।
ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਆਸ ਅੰਦੇਸੇ ਤੇ ਨੇ ਕੇਵਲ ਹੋਮੈ ਸ਼ਬਦ ਜਲਾਏ। ਇਹ ਗੱਲਾਂ ਕੋਈ ਖਾਸ ਮਹੱਤਤਾ ਨਹੀਂ ਜਦੋਂ ਤੱਕ ਹੋਮੇ ਦਾ ਨਾਸ ਨਹੀਂ ਹੁੰਦਾ, ਕਿਉਂਕਿ ਬਸਤਰ ਨਾ ਪਹਿਰੇ ਐਨਸ ਕਹਿ ਰਹੇ ਹੁਣ ਠੰਡ ਦੇ ਦਿਨ ਨੇ, ਕੱਪੜੇ ਨਾ ਪਾਓ ਠੰਡ 'ਚ ਥਰ ਥਰ ਕਰਕੇ ਕੰਬਦੇ ਮਰ ਜਾਓ, ਕੀ ਕੋਈ ਮਹੱਤਤਾ ਹੈ। ਨਗਨ ਫਿਰਿਓ ਬਨ ਮਾਏ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਐਸੇ ਵੀ ਦੇਖੇ ਜਿਹੜੇ ਸਾਰੀ ਧਰਤੀ ਦਾ ਭਰਮਣ ਕਰਦੇ ਨੇ, ਇੱਕ ਰਾਤ ਤੋਂ ਵੱਧ ਨਹੀਂ ਕਿਤੇ ਟਿਕਦੇ, ਉਹਨਾਂ ਨੂੰ ਵੀ ਕਹਿੰਦੇ ਕਲਪਣਾ ਹੀ ਲੱਗੀ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਦੁਬਦਾ ਤਾਂ ਫਿਰ ਵੀ ਨਾ ਗਈ, ਇਹਨਾਂ ਚੀ ਕਹਿ ਰਹੇ ਮਨ ਕਾਮਨਾ। ਕਿੰਨੀ ਕਾਮਨਾਵਾਂ ਹਨ ਮਨ ਦੀਆਂ, ਮਨੋ ਕਾਮਨਾਵਾਂ, ਮਨ ਕਾਮਨਾ। ਤੀਰਥ ਜਾਏ ਵਸਿਓ, ਤੀਰਥਾਂ ਤੇ ਵੀ ਨਿਵਾਸ ਰੱਖ ਲਿਆ। ਤੀਰਥ ਜਾਓ ਤਾਂ ਹਉ ਹਉ ਕਰਦੇ ਪੰਡਿਤ ਪੁੱਛੋ ਤੋ ਮਾਇਆ ਰਾਤੇ। ਆ ਮਾਘ ਦਾ ਮਹੀਨਾ, 68 ਤੀਰਥਾਂ ਤੇ ਇਸ਼ਨਾਨ ਕਰਦੇ, ਪ੍ਰਮੁੱਖ 4 ਤੀਰਥਾਂ ਤੇ ਕੁੰਭ ਲੱਗਦੇ, ਉੱਥੇ ਵੀ ਇਸ਼ਨਾਨ ਹੁੰਦੇ। ਇਸ਼ਨਾਨ ਕਰਕੇ ਕਹਿੰਦੇ ਕਿ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਪਰ ਮਹੱਤਤਾ ਨਹੀਂ ਦਿੱਤੀ, ਅਸਲ ਮਹੱਤਤਾ ਤੀਰਥਾਂ ਤੇ ਇਸ ਤਰ੍ਹਾਂ ਦੇ ਨਾਲ ਸਤਸੰਗ ਮਿਲ ਜਾਵੇ। ਕੁੰਭ ਲੱਗਦਾ, ਮਹਾਤਮਾ ਸਾਰੇ ਇਕੱਠੇ ਹੁੰਦੇ, ਹਿਮਾਲਿਆ ਵਰਗੇ ਪਰਬਤਾਂ ਤੋਂ ਵੀ ਥੱਲੇ ਉਤਰ ਆਉਂਦੇ, ਸਤਸੰਗ ਕਰਦੇ, ਆਪਣਾ ਐਕਸਪੀਰੀਅੰਸ ਐਕਸਚੇਂਜ ਕਰਦੇ, ਤਜਰਬੇ ਤੋਂ ਲਾਭ ਉਠਾਉਂਦੇ, ਗੁਰਮੁਖ ਗਾਡੀ ਰਾਹ ਚਲਾਇਆ ਤੇ ਚੱਲਦੇ। ਇਹ ਤਾਂ ਬਹੁਤ ਸਤਿਕਾਰਯੋਗ ਰਸਤਾ ਹੈ ਸਤਸੰਗ ਦਾ। ਇਸ ਕਰਕੇ ਬਾਕੀ ਮਹੱਤਤਾ ਨਹੀਂ, ਬਾਕੀ ਕੰਮਾਂ ਨੂੰ ਕੰਮ ਤਾਂ ਹੁੰਦੇ ਹੀ ਰਹਿਣਗੇ, ਕੰਮ ਕਿਤੇ ਦੇ ਮੁੱਕੇ ਨੇ, ਮੁਕਾਏ ਮੁੱਕਦੇ ਨੇ, ਇਨਸਾਨ ਆਪ ਮੁੱਕ ਜਾਂਦਾ, ਨਾਲ ਜਾਣ ਵਾਲਾ ਤਾਂ ਆ ਸਤਸੰਗ ਹੈ। ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਤੇਰੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਣਗੇ ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਤੇਰੇ ਕੰਮਾਂ ਨੇ ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਣਗੇ ਤੇਰੇ ਕੰਮਾਂ ਨੇ। ਕੰਮਾਂ ਨੇ ਨਾਲ ਨਹੀਂ ਜਾਣਾ, ਤੇਰੇ ਕੰਮਾਂ ਨੇ ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਣਗੇ ਤੇਰੇ ਕੰਮਾਂ ਨੇ ਕੰਮਾਂ ਨੇ ਨਾਲ ਨਹੀਂ ਜਾਣਾ, ਤੇਰੇ ਕੰਮਾਂ ਨੇ ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਣਗੇ ਤੇਰੇ ਕੰਮਾਂ ਨੇ। ਹੱਥ ਨਾ ਚੱਲ ਬਿਨ ਭਜਨ ਸਿੱਖਿਆ ਸਗਲੀ, ਹਰ ਹਰ ਨਾਮ ਗਵਾਵਣਾ ਤਨ ਸਾਰ,
ਅਸਲ ਚ ਆ ਕੰਮ ਹੈ ਜਿਹੜਾ ਅਸੀਂ ਕਰ ਰਹੇ ਹਾਂ। ਇਹ ਕੰਮ ਥੋੜਾ ਜਿਹਾ ਸਮਾਂ ਵੀ ਕਰ ਲਿਆ, ਸਤਸੰਗ ਬਿਰਥਾ ਨਹੀਂ ਜਾਂਦਾ, ਇਹ ਅੱਗੇ ਕੰਮ ਆਉਂਦਾ ਹੈ। ਬਾਕੀ ਕਰਮ ਇੰਨੀ ਮਹੱਤਤਾ ਨਹੀਂ, ਕਲਯੁਗ ਦਾ ਸਮਾਂ ਹੈ, ਕਿੰਨੇ ਔਖੇ ਸਾਧਨ। ਸਿਰ ਕਰਵਤ ਤਾਰਾਏ ਮੋਨ ਪਿਓ ਕਰਪਾਤੀ ਰਿਹੋ ਨਗਨ ਫਿਰਿਓ ਬਨ ਮਾਹੇ ਤਟ ਤੀਰਥ ਸਭ ਧਰਤੀ ਪਰਮਿਓ ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਇ ਵਸਿਓ ਸਿਰ ਕਰਵਤ ਤਾਰਾਏ। ਕਾਂਸੀ ਚ ਆਰਾ ਸੀ, ਕਾਂਸੀ ਪਵਿੱਤਰ ਨਗਰੀ, ਉੱਥੇ ਜਾਂਦੇ ਉਹ ਸ਼ਿਵ ਜੀ ਦਾ ਆਰਾ ਕਿ ਇਸ ਦੇ ਥੱਲੇ ਸਿਰ ਰੱਖ ਦਿੰਦੇ। ਆਮ ਬਜ਼ੁਰਗਾਂ ਦੇ ਉੱਥੇ ਭੋਗ ਪਾ ਆਉਂਦੇ, ਪਰ ਇਹ ਤਾਂ ਅੰਗਰੇਜ਼ ਗੌਰਮੈਂਟ, ਅੰਗਰੇਜ਼ ਸਿਆਣਾ ਸੀ, ਉਹਨਾਂ ਨੇ ਬੈਨ ਕੀਤਾ। ਮਹਾਰਾਜ ਨੇ ਤਾਂ ਪਹਿਲਾਂ ਹੀ ਕਿਹਾ, ਕਿੰਨੇ ਸਾਲ ਪਹਿਲਾਂ, ਕਿ ਮੋਹ ਇਹ ਆਰੇ ਥੱਲੇ ਰੱਖ ਲਿਆ, ਸਿਰ ਕਟਵਾ ਲਿਆ, ਕੀ ਇਹਦੀ ਮਹੱਤਤਾ ਹੋਈ। ਸਿਰ ਕਰਵਤ ਤਾਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਤਾਂ ਉਤਰੀ ਨਹੀਂ, ਜੇ ਕਿਤੇ ਸੀਸ ਦੀ ਲੋੜ ਪਈ ਉੱਥੇ ਤਾਂ ਇਹ ਸਾਰੇ ਆਪਣੇ ਹੱਥ ਖੜੇ ਕਰ ਦਿੱਤੇ। ਸਵਾ ਸਵਾ ਮਨ ਜਨੇਊ ਉਤਾਰ ਕੇ ਔਰੰਗਜ਼ੇਬ ਅੰਨ ਜਲ ਪਾਨ ਕਰਦਾ, ਪਰ ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਕਿੱਡੀ ਵੱਡੀ ਕੁਰਬਾਨੀ ਕੀਤੀ। ਇਸ ਤਰ੍ਹਾਂ ਦੇ ਫੋਕਟ ਕਰਮ ਤਾਂ ਦੂਜੇ ਕਰਦੇ, ਪਰ ਜਦੋਂ ਲੋੜ ਪੈਂਦੀ ਕੋਈ ਅੱਗੇ ਨਹੀਂ ਸੀ ਆਉਂਦਾ। ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਬਾਰੇ ਬੁੱਲੇ ਸ਼ਾਹ ਫਕੀਰ ਕਹਿੰਦਾ, ਜਬ ਬਾਰਕ ਥੇ ਤਬ ਪਾਲਕ ਦੀਏ, ਜਬ ਪਾਲਕ ਤੇ ਤਬ ਬਾਰਕ ਦੀਏ। ਆਪੋ ਦਾ ਮਹੀਨਾ ਲੰਘਿਆ, ਕਿੰਨੀਆਂ ਸ਼ਹਾਦਤਾਂ ਦਿੱਤੀਆਂ ਆਪਣੇ ਨੇੜੇ ਤਾਂ ਸ੍ਰੀ ਅਨੰਦਪੁਰ ਸਾਹਿਬ ਹਨ, ਇੱਥੇ ਤੁਸੀਂ ਸਾਰਾ ਇਤਿਹਾਸ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੁੰਦਾ ਹੈ, ਕਿਵੇਂ ਸਰਸਾ ਤੇ ਵਿਛੋੜਾ ਪਿਆ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨੇਮ ਨਵਾਉਣ ਦੀ ਜੁਗਤ ਦੱਸੀ, ਉੱਥੇ ਵੀ ਬਰ ਮਹੂਰਤ ਵਿੱਚ ਆਤਮ ਆਨੰਦ ਲਿਆ, ਆਸਾ ਦੀ ਵਾਰ ਦੇ ਕੀਰਤਨ ਹੋਏ। ਫਿਰ ਅੱਗੇ ਗਏ ਚਮਕੌਰ ਸਾਹਿਬ ਦੀ ਗੜੀ ਵਿੱਚ ਰਹਿ ਰਾਜ ਸਾਹਿਬ ਦਾ ਪਾਠ ਹੋਇਆ। ਉਸ ਦਿਨ ਅਰਦਾਸਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਸੋਧਿਆ, ਪੰਜਾਂ ਜਿਹੜੀ ਪੰਚ ਪ੍ਰਵਾਨ ਉਹਨਾਂ ਨੂੰ ਇਹ ਗੁਰਤਾ ਗੱਦੀ ਦਿੱਤੀ ਕਿ ਤੁਸੀਂ ਪ੍ਰੈਕਟੀਕਲ ਰੂਪ ਚ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜੋ ਹੁਕਮ ਕਰੋਗੇ ਉਹ ਪ੍ਰੈਕਟੀਕਲ ਰੂਪ ਦੇ ਵਿੱਚ, ਉਸ ਦੇ ਅੱਗੇ ਹਰ ਇੱਕ ਨੂੰ ਸੀਸ ਨਵਾਉਣਾ ਪਊ, ਆਪ ਵੀ ਇਹ ਕਰਕੇ ਦਿਖਾਇਆ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਹਨ ਨਿਸ਼ਕਾਮ ਕਰਮ ਔਰ ਵਾਸ਼ਨਾ ਨਾਹੀਂ ਧਰਮ ਯੁੱਧ ਕੋ ਚਾਹੇ, ਜਦੋਂ ਤੱਕ ਮਨੋ ਨਾਸ ਵਾਸ਼ਨਾ ਖੈ ਤਤ ਗਿਆਨ ਨਹੀਂ ਹੁੰਦਾ, ਉਸ ਸਮੇਂ ਤੱਕ ਅਸਲ ਪ੍ਰਾਪਤੀ ਨਹੀਂ ਹੋ ਸਕਦੀ।
ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਸਤਸੰਗ ਦੀ ਮਹਿਮਾ ਵਰਣਨ ਕਰਦੇ ਹਨ, ਦਰਸਾ ਰਹੇ ਹਨ ਕਿ ਕਿੰਨੀ ਇਸ ਦੀ ਮਹਿਮਾ ਹੈ। ਮਨ ਕੀ ਮੈਲ ਨਾ ਉਤਰੇ ਇਹ ਹਿੱਦ ਜੇ ਲੱਖ ਯਤਨ ਕਰਾਏ, ਭਾਵੇਂ ਕਿੰਨਾ ਕਰ ਲੋ ਅੰਦਰ ਦੀ ਮੈਲ ਨਹੀਂ ਜਾਂਦੀ। ਇਸ ਕਰਕੇ ਇਸ ਤਰ੍ਹਾਂ ਸਤਪੁਰਸ਼ ਇਸ ਉਪਦੇਸ਼ ਨੂੰ ਇਸ ਧਾਰਨਾ ਰਾਹੀਂ ਦ੍ਰਿੜ ਕਰਵਾਉਂਦੇ, ਤੇਰੇ ਅੰਦਰ ਦੀ ਮੈਲ ਨਾ ਜਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ। ਹੋਰ ਅੱਗੇ ਦਾਨ ਕਰਦੇ ਕਣਕ ਕਾਮਨੀ ਹੈਵਰ ਗੈਵਰ ਵਹੁ ਵਿਦ ਦਾਨ ਦਤਾਰਾ, ਕਣਕ ਹੁੰਦਾ ਸੋਨਾ ਕਾਮਨੀ ਇਸਤਰੀ, ਇੱਥੋਂ ਤੱਕ ਕਿ ਅਰਪੈ ਨਾਰ ਸ਼ਿੰਗਾਰ ਸਮੇਤ ਏਡੇ ਏਡੇ ਵੱਡੇ ਦਾਨ। ਕਣਕ ਕਾਮਨੀ ਹੈਵਰ ਗੈਵਰ, ਹਾਥੀ ਘੋੜੇ ਹਵਾ ਨਾਲ ਗੱਲਾਂ ਕਰਨ ਵਾਲੇ ਦਾਨ ਕੀਤੇ, ਬਹੁਵਿਧ ਦਾਨ ਦਤਾਰਾ, ਅੰਨ ਵਸਤਰ ਭੂਮ ਵਾਰ ਪੈ ਨਹਿ ਮਿਲੀਏ ਹਰ ਦੁਆਰਾ, ਪਰ ਗੁਮਾਨ ਕਰ ਲਿਆ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਹਿ ਫਲ ਜਾਤ ਇਹ ਜਿਉਂ ਕੁੰਚਰ ਇਸ਼ਨਾਨ। ਅੱਗੇ ਕਿਉਂਕਿ ਐਸੇ ਹੁੰਦੇ ਸਨ ਖੱਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ, ਅੰਨ ਵਸਤਰ ਭੂਮ ਵਾਰ ਪੈ ਕਿੱਡੇ ਵੱਡੇ ਦਾਨ ਕੀਤੇ, ਪੂਜਾ ਅਰਚਾ ਬੰਧਨ ਡੰਡੋਤ ਖੱਟ ਕਰਮਾ ਰਤ ਰਹਿਤਾ, ਇਹਨਾਂ ਚ ਰਤਿਆ ਰਹਿੰਦਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਪੰਡਿਤ
ਛੇ ਕਰਮ ਖੱਟ ਕਰਮ ਕਹਿੰਦੇ ਉਹਨਾਂ ਨੂੰ ਪ੍ਰਮੁੱਖ ਰੱਖਦੇ। ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਜੱਗ ਕਰਾਉਣਾ, ਪੂਜਾ ਕਰਨੀ, ਪੂਜਾ ਕਰਾਉਣੀ, ਵੇਦ ਪੜ੍ਹਨੇ, ਪੜ੍ਹਾਉਣੇ, ਇਸ ਤਰ੍ਹਾਂ ਦੇ ਨਾਲ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ। ਇਸ਼ਨਾਨ ਕਰਨਾ, ਫਿਰ ਜਪ ਕਰਨਾ, ਫਿਰ ਹੋਮ ਕਰਨਾ, ਫਿਰ ਸੰਧਿਆ ਕਰਨੀ, ਤਪ ਕਰਨਾ, ਇਹ ਸਾਰੇ ਖੱਟ ਕਰਮ ਹੁੰਦੇ। ਪਰ ਇਹ ਕਰਦੇ ਕਰਦੇ ਜੇ ਨਾਮ ਚ ਸਥਿਤੀ ਨਹੀਂ ਹੁੰਦੀ, ਨਾਮ ਚ ਜੁਗਤੀ ਨਹੀਂ ਪਤਾ ਲੱਗਦਾ, ਗੁਰੂ ਦਾ ਮੰਤਰ ਦਾ ਅਭਿਆਸ ਕਿਵੇਂ ਕਰਨਾ, ਕੋਈ ਰਿਅਲਾਈਜ਼ ਸੋਲ ਸੈਲਫ ਸੱਚ, ਜਿਨ੍ਹਾਂ ਨੇ ਆਤਮ ਚਿੰਤਨ ਕੀਤਾ ਉਹਨਾਂ ਦੀ ਸੰਗਤ ਨਾ ਮਿਲੀ, ਫਿਰ ਕੀ ਹੋਇਆ? ਫਿਰ ਤਾਂ ਨਿਸਫਲ ਹੋ ਗਿਆ। ਇਸ ਤਰ੍ਹਾਂ ਦੇ ਨਾਲ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਜਿਹੜੇ 84 ਆਸਣ ਨੇ ਸਿੱਧ ਪੁਰਸ਼ ਕਿੱਡੇ ਕਿੱਡੇ ਯੋਗੀ ਕਰਦੇ ਰਹੇ, ਮਨ ਨੇ ਸਾਥ ਨਾ ਦਿੱਤਾ, ਕਿੱਡੇ ਕਿੱਡੇ ਅਮਰੂ ਵਰਗੇ ਰਾਜੇ ਲੰਕਾ ਦਾ ਚੜ੍ਹਾਈ ਕਰ ਗਿਆ, ਗੋਰਖਨਾਥ ਦਾ ਗੁਰੂ ਮਛਿੰਦਰ ਨਾਥ ਸਰੀਰ 'ਚ ਪ੍ਰਵੇਸ਼ ਕਰ ਗਿਆ, ਕਿੰਨੇ ਮੈਂ ਵੀ ਭੋਗ ਭੋਗਦਾ ਰਿਹਾ, ਮਨ ਦਾ ਕੋਈ ਪਤਾ ਨਹੀਂ ਕਦੋਂ ਧੋਖਾ ਦੇ ਜਾਵੇ। ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ। ਵੱਡੀ ਆਰਦਾ, ਉਮਰਾਂ ਬੜੀਆਂ ਲੰਬੀਆਂ ਹੋ ਗਈਆਂ, ਪ੍ਰਾਣਾਯਾਮੀ ਪ੍ਰਾਣਾਯਾਮ ਨੂੰ ਇਸ ਤਰ੍ਹਾਂ ਦੇ ਨਾਲ ਕਰ ਲੈਂਦੇ, ਦਸਮ ਦੁਆਰ 'ਚ ਚੜ੍ਹਾ ਲੈਂਦੇ, ਉਮਰ ਸਵਾਸ ਰੋਕ ਕੇ ਵਧਾ ਲੈਂਦੇ, ਆਖਰ ਤਾਂ ਜਾਣਾ ਹੀ ਪੈਣਾ, ਕਿੰਨੇ ਸਾਲ ਵੀ ਵੱਡੀ ਆਰਦਾ, ਫਿਰ ਜਨਮੇ, ਫਿਰ ਜਨਮਗੇ, ਫਿਰ ਮਰ ਗਏ, ਫਿਰ ਜਨਮੇ, ਹਰ ਸਿੰਘ ਸੰਗ ਲੰਘਿਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮਾ ਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦਵਾਰਾ। ਇਹ ਤਾਂ ਨਰਕਾਂ ਨੂੰ ਜਾਣ ਦੇ ਟਿਕਟ ਨੇ, ਕਿੰਨਾ ਵੀ ਕੁਝ ਕਰ ਲਓ, ਇਹ ਭੋਗ ਦੀ ਜ਼ਿੰਦਗੀ ਤਾਂ ਰੋਗ ਲਿਆ ਦੂ, ਜਦੋਂ ਤੱਕ ਨਹੀਂ ਗਏ, ਨਾਮ ਨਾਲ ਨਹੀਂ ਜੁੜੇ, ਸਤ ਪੁਰਸ਼ਾਂ ਦੀ ਦਰਸਾਈ ਜੁਗਤ ਨਾਲ ਪਤਾ ਨਹੀਂ ਲੱਗਿਆ ਕਿ ਮਨ ਨੂੰ ਕਿਵੇਂ ਰੋਕਣਾ। ਸਤਪੁਰਸ਼ ਮਨ ਨੂੰ ਰੋਕਣ ਦਾ ਸਾਧਨ ਦੱਸਦੇ ਕਿ ਸਵਾਸ ਦੇ ਰਾਹੀਂ ਇਹਨੂੰ ਕੰਟਰੋਲ ਕਰ ਲਓ, ਗੁੱਸਾ ਆਉਂਦਾ ਹੈ, ਸਵਾਸ ਦੀ ਰਫਤਾਰ ਹੀ ਤੇਜ਼ ਹੋਈ, 32 ਸਾਹ ਮਿੰਟ 'ਚ ਲੈਣੇ ਸ਼ੁਰੂ ਕਰ ਦਿੱਤੇ, ਕਾਮ ਦੀ ਵੇਵ ਆਈ, 62 ਸਵਾਸ ਆਏ ਗਏ, ਬਿਰਥਾ ਚਲੇ ਗਏ, ਚਲਤਾ 18 ਬੈਸਤ 12 ਸੋਭਤ 24 ਜਾਤ। ਸਤਪੁਰਸ਼ਾਂ ਨੇ ਕਿੰਨੀ ਸਖਾਲੀ ਜੁਗਤ ਦੱਸੀ, ਅੰਮ੍ਰਿਤ ਵੇਲੇ ਰੋਜ਼ ਮੀਡੀਏ ਦਾ ਯੁੱਗ ਹੈ, ਤੁਹਾਡੇ ਨੇੜੇ ਅਰਤਵਾੜਾ ਸਾਹਿਬ ਗੁਰਦੁਆਰਾ ਈਸ਼ਰ ਪ੍ਰਕਾਸ਼ ਤੋਂ ਆਵਾਜ਼ ਆਉਂਦੀ ਹੈ ਕਿ ਉੱਠੋ ਪਿਆਰਿਓ। ਇਸ ਤਰ੍ਹਾਂ ਦੇ ਨਾਲ ਸਿੱਧੇ ਬੈਠ ਕੇ ਅੰਦਰ ਨੂੰ ਸਵਾਸ ਜਾਂਦਾ, ਵਾਹੇ ਬਾਹਰ ਨੂੰ ਆਉਂਦਾ ਗੁਰੂ, ਕਰਨਾ ਸ਼ੁਰੂ ਕਰ ਦਿਓ, ਕੋਈ ਔਖਾ ਹੈ? ਸੋ ਇਹ ਕਰਦੇ ਜਾਓ, ਇਸੇ ਦਾ ਹੀ ਫਲ ਹੈ ਹਰ ਕੀਰਤ, ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹ ਨਾਨਕ ਤਿਸ ਪਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਸੋ ਅੱਜ ਤੁਸੀਂ ਪਹਿਲੇ ਦਿਨ ਸਤਸੰਗ ਦੇ ਵਿੱਚ ਪਹੁੰਚੇ, ਭਾਗਾਂ ਵਾਲੇ ਹਨ ਜਿਨ੍ਹਾਂ ਦੇ ਭਾਗ ਚੰਗੇ ਫਲ ਦੇਣ ਵਾਸਤੇ, ਸੰਚਿਤ ਕਰਮ ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋਏ। ਪਹਿਲੇ ਦਿਨ ਹੀ ਸਤਿਗੁਰੂ ਜੀ ਨੇ ਬੁਲਾ ਲਏ, ਸਤਸੰਗ ਵਿੱਚ ਪਹੁੰਚ ਗਏ,
ਸੋ ਭਾਗ ਹਨ, ਬਾਕੀ ਵੀ ਜਿਹੜੇ ਚਾਰ ਦਿਨ ਦੇ ਸਤਸੰਗ ਹਨ ਉਹਨਾਂ ਦੇ ਵਿੱਚ ਆਪਾਂ ਸਤਪੁਰਸ਼ਾਂ ਦੇ ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਉਹ ਜੀਵਨ ਤੋਂ ਸੇਧ ਲੈਣੀ, ਕਿੱਡੀ ਵੱਡੀ ਉਹਨਾਂ ਨੇ ਸੇਵਾ ਸਿਮਰਨ ਕਮਾਈ ਕੀਤੀ, ਗ੍ਰਸਤ 'ਚ ਰਹੇ, ਬਾਲ ਬੱਚੇ ਵੀ ਪੜ੍ਹੇ ਪੜ੍ਹਾਏ ਵਿਆਹੇ ਲਿਖਾਏ, ਫਿਰ ਵਿਦੇਸ਼ਾਂ 'ਚ ਭੇਜੇ, ਪਰ ਵਿਹਲੇ ਨਹੀਂ ਬੈਠੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਘਰ ਆਰਾਮ ਨਾ ਬਹਿੰਦੇ, ਨਿਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੇ ਰਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਵਸਲੋ ਉਰੇ ਮਕਾਮ ਨਾ ਕੋਈ ਚਾਲ ਪੇ ਨਿਤ ਰਹਿੰਦੇ। ਸਾਡੇ ਸਾਹਮਣੇ ਇੱਕ ਰੋਲ ਮਾਡਲ ਹੈ, ਲਾਈਟ ਹਾਊਸ ਦਾ ਉਹ ਕੰਮ ਕਰਦੇ ਨੇ। ਸੋ ਐਸਿਆਂ ਦੇ ਜੀਵਨ ਤੋਂ ਸੇਧ ਲਈਏ। ਸੋ ਨਗਰ ਭਾਗਾਂ ਵਾਲਾ ਹੈ ਜਿਹੜਾ ਉਹਨਾਂ ਦੀ ਸਿਮਰਤੀ ਦੇ ਅੰਦਰ ਹਰ ਸਾਲ ਅਖੰਡ ਪਾਠ ਕਰਵਾਉਂਦੇ ਨੇ, ਇੱਥੇ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਜਾਈਦਾ ਹੈ ਮਹਾਂਪੁਰਸ਼ਾਂ ਦੀ ਯਾਦ ਪ੍ਰੇਮੀ ਮਨਾਉਂਦੇ ਹਨ। ਸੋ ਆਪ ਜੀ ਧੰਨ ਤਾਂ ਯੋਗ ਸਾਰਿਆਂ ਦਾ ਹੀ ਧੰਨਵਾਦ। ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲ ਸਕੇ ਉਹ ਜ਼ਰੂਰ ਹੁਣ ਆਨੰਦ ਸਾਹਿਬ ਗੁਰੂ ਸਤੋਤਰ ਚ ਬੋਲੋ, ਕਿਉਂਕਿ ਜਿਹੜਾ ਆਪਾਂ ਪਿੱਛੋਂ ਜੀ ਲਾਉਂਦੇ ਹਾਂ ਜਦੋਂ ਗੁਰੂ ਸਤੋਤਰ ਪੜ੍ਹਦੇ ਹਾਂ, ਕਿੱਡੀ ਇਹ ਮਹਾਨਤਾ ਮਹੱਤਤਾ ਇਹਦੀ। ਤੁਧ ਸਲਾਹਣ ਤਿੰਨ ਤਨ ਭੱਲੇ ਨਾਨਕ ਕਾ ਧਨ, ਜੇ ਕੋ ਜੀਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਇੰਨਾ ਕੀ ਕਹਿਣ ਨਾਲ ਕਹਿੰਦੇ ਕੀ ਮਜਾਲ ਹੈ ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ। ਸੋ ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲ ਸਕੇ ਉਹ ਜ਼ਰੂਰ ਹੁਣ ਰਸਨਾ ਪਵਿੱਤਰ ਕਰੋ। ਫਲ ਬਹੁਤ ਹੈ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਸੋ ਮਹਾਨ ਜਗ ਚੱਲ ਰਹੇ ਨੇ, ਸਾਰੇ ਆਪੋ ਆਪਣਾ ਇਹਦੇ ਵਿੱਚ ਯੋਗਦਾਨ ਪਾਓ। ਆਓ ਸਾਰੇ ਹੁਣ ਰਸਨਾ ਪਵਿੱਤਰ ਕਰ ਲਓ, ਜਿਹੜੇ ਨਹੀਂ ਹਲੇ ਤੱਕ ਬੋਲ ਸਕੇ ਹੁਣ ਜ਼ਰੂਰ ਬੋਲਿਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾਇਆ, ਗੁਰ ਪਾਇਆ ਸਹਿਜ ਕੀਤੀ ਮਨ ਵਜੀਆਂ ਵਧਾਈਆਂ। ਸਭ ਦੋਸਤਾ ਕਰੋ ਸਾਹਿਬ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਸਾਹਿਬ